ਲਾ ਉਹ ਵੀ ਬਿਲਕੁਲ 16 ਤਰੀਕ ਹੋ ਗਈ ਤੇ ਤਲਵੰਡੀ ਸਾਬੋ ਘੋੜੀਆਂ ਦੇ ਮੇਲੇ 'ਚ ਮੇਲਾ ਪੂਰਾ ਭਰ ਗਿਆ, ਪੂਰਾ ਕਾਇਮ ਮਾਹੌਲ ਹੋ ਗਿਆ ਅਤੇ ਇੱਧਰ ਤੁਸੀਂ ਟੈਂਟ ਟੁੰਟ ਟੈਂਟ ਟੱਲਾ ਦੇਖ ਸਕਦੇ ਹੋ, ਪੂਰਾ ਐਨ ਚਿੱਬ ਗੜ ਰੱਖਿਆ ਬਾਈ ਬਾਈਆਂ ਨੇ ਸਾਰਿਆਂ ਨੇ। ਅਤੇ ਜਾਨਵਰ ਵੀ ਦੋਸਤੋ ਬਹੁਤ ਆ ਗਏ, ਜਾਨਵਰ ਆਉਣ ਲੱਗ ਗਏ, ਸੇਲ ਸੂਲ ਵਾਲੀਆਂ ਘੋੜੀਆਂ ਦਾ ਕਾਫੀ ਆਈਆਂ ਖੜੀਆਂ। ਅਤੇ ਮੇਰੇ ਨਾਲ ਬਿਲਕੁਲ ਹੈਗੇ ਆ ਮੇਲੇ 'ਚ ਗਿੜਾ ਦੇਣ ਨੂੰ, ਇੱਧਰ ਤੇਜ਼ੀ ਮੁੰਡਾ ਤੇਜ਼ੀ ਜਟਾਣਾ ਪੇਜ ਚਲਾਉਂਦਾ ਇੰਸਟਾਗ੍ਰਾਮ ਵਾਲਾ, ਤੁਹਾਨੂੰ ਪਤਾ ਹੀ ਆ ਘੋੜੀ 5 ਮਿੰਟ 'ਚ ਵੇਚ ਦਿੰਦਾ। ਅਤੇ ਇੱਧਰ ਆ ਬਾਈ ਬਾਈ ਆਪਣੇ ਨਾਲ ਕੀ ਆ ਕਰਨਦੀਪ ਸ਼ਰਮਾ, ਕਰਨਦੀਪ ਸ਼ਰਮਾ ਸ਼ਰਮਾ ਜੀ ਨੇ ਇੱਧਰ ਆਪਣੇ ਨਾਲ। ਅਤੇ ਚਲੋ ਫਿਰ ਆਪਾਂ ਦਿੰਦੇ ਹਾਂ ਮੇਲੇ 'ਚ ਗਿੜਾ, ਉਹ ਦੇਖੂ ਕਿਹੜੇ ਲੋੜ ਕਦਾੜੇ ਮਾਰਦੀ ਫਿਰਦੀ ਆ, ਹੈ ਨਾ ਉਲਕ ਜੀ। ਹਾਂ ਪੂਰੀ ਮਹਾ ਇਹ ਵੀ ਪੂਰੀ ਤਾਜ ਹੋਈ ਪਈ ਆ, ਚਾਹ ਚੜ੍ਹਾ ਬਹਿਣੂ ਵੀ ਮੇਲੇ ਦਾ, ਹੈ ਨਾ। ਅਤੇ ਬਾਕੀ ਜੇ ਇੱਧਰ ਦੇਖੋ ਆਹ ਚੱਠਾ ਸੁਖਬੀਰ ਚੱਠਾ ਸਟੱਡ ਫਾਰਮ ਵਾਲਿਆਂ ਦਾ ਟੈਂਟ, ਇਹਨਾਂ ਨੇ ਵੀ ਬਾਈਆਂ ਨੇ ਦੀਪ ਦੂਪ ਮਾਲਾ ਲਾ ਕੇ ਪੂਰਾ ਦਿਵਾਲੀ ਵਾਲਾ ਮਾਹੌਲ ਬਣਾ ਰੱਖਿਆ, ਹੈ ਨਾ ਤੇਜੀ। ਹਾਂ ਦੇਖ ਫਰਲੇ ਫਰਲੇ ਜੇ ਕਿੱਡੇ ਸੋਹਣੇ ਲਾਏ ਨੇ ਯਾਰ, ਹੈ ਨਾ। ਅਤੇ ਬਾਕੀ ਬਾਈ ਬਹੁਤ ਸੋਹਣਾ ਮੇਲਾ ਭਰ ਗਿਆ, ਪਾਣੀ ਪੂਣੀ ਛਿੜਕਾ ਕੇ ਅਤੇ ਜਮ੍ਹਾਂ ਇਹਨੇ ਗੱਲ ਬਣਾ ਰੱਖੀ ਆ, ਕਿਉਂਕਿ ਤੁਹਾਨੂੰ ਪਤਾ ਦੋਸਤੋ, ਹੈ ਨਾ ਹੁਣ ਦਿਨ ਕਰੜੇ ਹੋਣ ਲੱਗ ਗਏ ਅਤੇ ਤੜਕੇ ਤੜਕੇ ਤਾਂ ਲੱਗਦੀ ਹੈ ਠੰਡ, ਤੜਕੇ ਤਾਂ ਐਂ ਲੱਗਦਾ ਵੀ ਯਾਰ ਕੁੱਟੀਆਂ 2-3 ਪਾਲ ਗਏ ਅਤੇ ਇਸ ਵੇਲੇ ਮੁੜਕਾ ਆਉਣ ਲੱਗ ਜਾਂਦਾ ਵੀ ਉਹ ਫਿਰ ਜੇ ਦਿਨ ਜੇ ਹੋਏ ਪਿਆ ਪਾਣੀ ਪੂਣੀ ਛਿੜਕਾ ਕੇ ਵੀ ਰੇਤਾਂ ਮਿੱਟੀ ਨਾਲ ਉੱਡੇ ਵਧਗਾ ਪੂਰਾ ਮਾਹੌਲ ਬਣਾਇਆ ਹੋਇਆ। ਇੱਧਰ ਬਾਈ ਪਿੱਤਲ ਦੀਆਂ ਖੋਲਡੀਆਂ ਕੋਲਟ ਹੀਰੋ ਨਾਂ ਨੂੰ ਲਿਖ ਕੇ ਬੜੀ ਜਚਾਈ ਆ ਬਾਈਆਂ ਨੇ ਬਾਈ, ਇਹ ਇੱਕ ਆਪਣਾ ਕੱਲ੍ਹ ਨੂੰ ਡਿਸਪਲੇ ਕੱਲ੍ਹ ਨੂੰ। ਹਾਂ ਦੋਸਤੋ ਕੱਲ੍ਹ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕੱਲ੍ਹ ਨੂੰ ਆਪਣੇ ਨੁਮਾਇਸ਼ ਆ ਰਿੰਗ ਆ ਕੱਲ੍ਹ ਨੂੰ, ਅਤੇ ਜਿਹੜੇ ਵੀ ਵੀਰਾਂ ਨੇ ਕੋਈ ਜਾਨਵਰ ਆਪਣੇ ਪਾਉਣੇ ਆ ਰਿੰਗ 'ਚ ਪਾਉਣੇ ਆ ਉਹ ਵੀਰ ਜ਼ਰੂਰ ਪਹੁੰਚੋ। ਅਤੇ ਐਂਟਰੀ ਫੀਸ ਦੋਸਤੋ ਮੇਰੇ ਖਿਆਲ ਆ ਜਿਹੜੀ ਬੱਚੇ ਆ ਬੱਚਿਆਂ ਦੀ ਹੈਗੀ 1100 ਰੁਪਈਆ, ਵੱਡੇ ਘੋੜਿਆਂ ਦੀ ਮੇਰੇ ਖਿਆਲ ਆ 3100 ਆ ਸ਼ਾਇਦ। ਅਤੇ ਉਹ ਚਲੋ ਤੁਸੀਂ ਆ ਕੇ ਕਮੇਟੀ ਦੇ ਮੈਂਬਰਾਂ ਨੂੰ ਵੀ ਸੰਪਰਕ ਕਰਕੇ ਪੁੱਛ ਸਕਦੇ ਹੋ ਹੋਰ ਬਾਈ ਜੀ ਕੀ ਗੱਲ ਨੇ, ਅਤੇ ਉਹ ਤੁਸੀਂ ਗੱਲਬਾਤ ਕਰ ਸਕਦੇ ਹੋ, ਹੈ ਨਾ। ਅਤੇ ਨੁਮਾਇਸ਼ 'ਚ ਜਿਹੜੇ ਵੀਰਾਂ ਨੇ ਪਾਉਣੇ ਆ ਉਹ ਵੀ ਆ ਕੇ ਕੱਲ੍ਹ ਨੂੰ ਪਾ ਸਕਦੇ ਆ, ਕਿਉਂਕਿ ਕੱਲ੍ਹ ਨੂੰ ਰਹੇਗਾ ਦੋਸਤੋ, ਕੱਲ੍ਹ ਨੂੰ 17 ਤਰੀਕ ਹੋ ਜੂਗੀ ਅਤੇ 18 ਅਤੇ 19 ਦੀਆਂ ਦੌੜਾਂ, 18-19 ਦੀਆਂ ਦੌੜਾਂ। ਜਿਹੜੇ ਭਰਾਵਾਂ ਨੇ ਕੋਈ ਦੌੜਾਂ 'ਚ ਪਾਰਟੀਸਪੇਟ ਕਰਨਾ ਉਹ ਦੌੜਾਂ ਵਾਲੇ ਵੀ ਆ ਜਾਓ। ਅਤੇ ਇੱਧਰ ਭਾਈ ਆਪਣੀ ਰਾਮਸਰੇ ਤੋਂ ਛੋਟੀ ਭੈਣ ਮੁਸਕਾਨ, ਉਹਨਾਂ ਦਾ ਆ ਗਿਆ। ਅਤੇ ਬਾਕੀ ਅੱਜ ਤੁਹਾਨੂੰ ਅੱਗੇ ਦਿਖਾਉਣੇ ਆਪਾਂ ਦੂਜੀ ਲਾਈਨ 'ਚ ਚੱਲਦੇ ਹਾਂ, ਮਤਲਬ ਪੂਰਾ ਮਾਹੌਲ ਪੂਰਾ ਗਰਮੋ ਗਰਮੀ ਹੋਇਆ ਪਿਆ, ਮਾਹੌਲ ਪੂਰਾ ਖੜਿਆ ਪਿਆ ਅਤੇ ਜਾਨਵਰ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆਏ ਪਿਆ। ਬਾਕੀ ਦੋਸਤੋ ਪਤਾ ਕੀ ਆ, ਅੱਜ ਸ਼ਾਮ ਤੱਕ ਪੂਰਾ ਮਾਹੌਲ ਐਂਡ ਫੈਂਡ ਹੋ ਜਾਣਾ, ਰਾਤ ਨੂੰ ਪੂਰੀਆਂ ਰੌਣਕਾਂ ਲੱਗਣੀਆਂ, ਅੱਜ ਰਾਤ ਨੂੰ ਪੂਰੀਆਂ ਲੱਗ ਜਾਣੀਆਂ, ਮਤਲਬ ਮਾਹੌਲ ਪੂਰਾ ਐਨ ਟੋਪ ਕਲਾਸ ਬਣ ਜਾਣਾ ਗਾ ਸ਼ਾਮ ਤੱਕ, ਹੈਂ। ਅਤੇ ਕਿਉਂਕਿ ਬਾਈ ਅੱਜ ਇੱਕ ਤਾਂ ਪੰਜਾਬ ਬੰਦ ਹੋਣ ਕਰਕੇ ਥੋੜ੍ਹੇ ਜਿਹੇ ਮਤਲਬ ਚੌਂਕਾਂ ਚੁੰਕਾਂ 'ਚ ਧਰਨੇ ਲੱਗੇ ਹੋਏ ਸੀਗੇ, ਹੈ ਨਾ। ਜਿਹੜੇ ਅੱਜ ਜਾਨਵਰਾਂ ਨੇ ਆਉਣਾ ਸੀਗਾ ਉਹ ਆਥਣ ਤੱਕ ਆ ਗਈ ਸਮੱਸਿਆ ਸਾਰਿਆਂ ਨਾਲ ਵੱਡੀ, ਹਾਂ ਸਾਰਿਆਂ ਨਾਲ ਮਤਲਬ ਉਹ ਕੰਮ ਥੋੜ੍ਹਾ ਜਿਹਾ ਉਹ ਹੋ ਗਿਆ, ਹੈ ਨਾ। ਅਤੇ ਬਾਕੀ ਕੱਲ੍ਹ ਨੂੰ ਤਾਂ ਬਾਕੀ ਆ ਹੀ ਜਾਂਦੇ ਵੀਰ, ਤਾਂ ਬਹੁਤ ਆ ਗਿਆ, ਬਹੁਤ ਜਾਨਵਰ ਆ ਗਿਆ, ਹੱਦ ਤੋਂ ਵੱਧ ਆ ਹੀ ਗਏ ਨੇ। ਹਾਂ ਹਾਂ ਬਾਈ 80% ਆ ਗਏ ਨੇ, 20% ਇੱਧਰ ਤੁਸੀਂ ਦੇਖ ਸਕਦੇ ਹੋ ਲਾਈਨ ਲੱਗੀ ਖੜੀ ਆ ਬਾਈ ਸੇਲ ਵਾਲੇ ਜਾਨਵਰਾਂ ਦੀ, ਬਹੁਤ ਜਾਨਵਰ ਆ ਗਏ ਅਤੇ ਪੂਰਾ ਮਤਲਬ ਸ਼ਾਹ ਵੀ ਪੂਰਾ ਬਾਈ ਸਾਰਿਆਂ 'ਚ, ਹੈ ਨਾ। ਬਹੁਤ ਮਤਲਬ ਦੋਸਤੋ ਆ ਸਾਰੇ ਸੇਲ ਸੂਲ ਵਾਲੇ ਜਾਨਵਰ ਆ, ਜੇ ਕਿਸੇ ਭਰਾ ਨੇ ਲੈਣੀ ਲੂਣੀ ਆ ਘੋੜੀ ਜਾਂ ਵੇਚਣੀ ਆ ਤਾਂ ਆਪਦੀ ਆ ਕੇ ਜਗ੍ਹਾ ਮੰਨ ਲਓ ਜਾਂ ਲੈਣ ਵਾਲੇ ਵੀਰ ਲੈ ਦੇਖ ਜਾਓ ਆਪਦਾ, ਹੈ ਨਾ। ਸੌਦੇ ਸੁਦੇ ਹੋ ਹੀ ਜਾਂਦੇ, ਕੱਲ੍ਹ ਹੋਏ ਆ ਕੁਛ, ਕੱਲ੍ਹ ਹੋਏ ਆ ਹਾਂ ਦੋ ਚਲ ਘੋੜੀਆਂ ਚੱਲੀਆਂ। ਬਾਕੀ ਇੱਧਰ ਬਾਈ ਦੇਖ ਸਵਾਰੀ ਕਰਦਾ ਹੁੰਦਾ ਬਾਈ ਸ਼ਰਮਾ ਜੀ, ਹੈ ਨਾ, ਪੂਰਾ ਬਾਈ ਬਾਈ ਵੀ ਤਾਜ ਹੋਇਆ ਹੁੰਦਾ। ਅਤੇ ਇੱਧਰਲੀ ਸਾਈਡ ਵੀ ਦੋਸਤੋ ਮਤਲਬ ਬਹੁਤ ਜਾਨਵਰ ਆ ਲਾਈਨ 'ਚ ਵੀ ਤੁਸੀਂ ਦੇਖ ਸਕਦੇ ਹੋ। ਆਪਾਂ ਤੁਹਾਨੂੰ ਸਾਰੀਆਂ ਮਤਲਬ ਮੇਲੇ ਦਾ ਗੇੜਾ ਦੇ ਕੇ ਇਸ ਕਰਕੇ ਦਿਖਾਉਣੇ ਹੁੰਦੇ ਆ ਵੀ ਤੁਹਾਨੂੰ ਇੱਕ ਆਈਡੀਆ ਹੋ ਜੇ, ਬਾਕੀ ਬਾਈ ਆਈ ਜਾਂਦੇ ਨੇ ਨਾ। ਲਿਆਉਂਦੇ ਬਾਈ ਫਿਰ, ਹਾਂਜੀ ਹਾਂਜੀ, ਦੋ ਕੁੜੀਆਂ ਠੀਕ ਆ, ਕੱਲ ਨੂੰ ਆ ਜਾਊਗਾ ਭਰਾ, ਵੇਚਣੀਆਂ ਬਾਈ ਇਹ
ਘੋੜਾ ਦੋਸਤੋ ਕੱਲ ਨੂੰ ਆ ਜਾਣਾ ਤੇ ਚਲੋ ਬਾਈ ਠੀਕ ਆ ਮਿਲਦੇ ਆ ਠੀਕ ਹੈ ਜੀ ਓਕੇ ਤੇ ਟੈਂਟ ਬਹੁਤ ਸਜੇ ਹੋਇਆ ਬਹੁਤ ਟੈਂਟ ਟੁੰਟ ਤਾਂ ਬਾਈ ਬਹੁਤ ਸੋਹਣੇ ਬਣਾ ਰੱਖਿਆ ਦੋਸਤੋ ਮੇਰੀ ਅੱਗ ਹੀ ਲਾ ਰੱਖੀ ਆ ਬਾਈ ਮੈਂ ਅੱਜ ਰਾਤ ਨੂੰ ਤਾਂ ਪੂਰਾ ਮਾਹੌਲ ਬਣ ਜਾਣਾ ਹਾਂ ਅੱਜ ਰਾਤ ਨੂੰ ਮਤਲਬ ਉਹ ਸਿਸਟਮ ਹੋ ਜਾਊਗਾ ਐਂਡਾ ਗੱਲਬਾਤ ਹੋ ਜਾਣੀ ਹੈ ਬਾਕੀ ਦੋਸਤੋ ਇੱਧਰ ਵੀ ਦੇਖ ਸਕਦੇ ਤੁਸੀਂ ਜਾਨਵਰ ਬਹੁਤ ਜ਼ਿਆਦਾ ਸੇਲ ਵਾਲੇ ਆ ਗਏ ਅਤੇ ਮੇਲਾ ਪੂਰਾ ਸੋਹਣਾ ਭਰ ਗਿਆ ਬਾਕੀ ਛੋਟੇ ਛੋਟੇ ਜਵਾਕਾਂ 'ਚ ਦੇਖੋ ਦੋਸਤੋ ਕਿੰਨਾ ਅੱਛਾ ਹੈ ਨਾ ਆਹ ਦੇਖੋ ਪੂਰਾ ਚੱਲੀ ਜਾਂਦਾ ਬਾਬਾ ਵੀ ਪੁੱਛੀ ਜਾਂਦਾ ਕਿ ਨਜ਼ਰ ਦੀ ਗੱਭਣ ਹੈ ਨਾ ਅੱਖ ਆ ਗਈ ਬਾਬੇ ਦੀ ਘੋੜੀ 'ਤੇ ਸੇਲ ਪਰਚੇਜ਼ ਤਾਂ ਚੱਲੀ ਜਾਂਦੀ ਹੈ ਕੱਲ੍ਹ ਦੀ ਚੱਲੀ ਜਾਂਦਾ ਬਾਈ ਚੱਲੀ ਜਾਂਦਾ ਬਸ ਐਂ ਹੁੰਦਾ ਬਾਈ ਮੇਲਿਆਂ ਦਾ ਆਹੀ ਆਨੰਦ ਹੁੰਦਾ ਹਾਂਜੀ ਗੇੜਾ ਛੇੜਾ ਦੇ ਲਿਆ ਹਨਾ ਬਾਕੀ ਪਿੰਡੂ ਗਾਹਕ ਬਹੁਤ ਆ ਰਿਹਾ ਹੈ ਇੱਥੇ ਦੋਸਤੋ ਪਿੰਡਾਂ ਵਾਲਾ ਲੋਕਲ ਗਾਹਕ ਜ਼ਿਆਦੇ ਆ ਜਿਹੜੇ ਕੋਈ ਜਿਵੇਂ ਹੁਣ ਜਵਾਕ ਜਿੱਦ ਪੈ ਜਾਂਦੇ ਵੀ ਮੈਂ ਤਾਂ ਘੋੜੀ ਲਿਆਉਣੀ ਲਿਆਉਣੀ ਆ ਨੇੜੇ ਪਿੰਡ ਬਹੁਤ ਪੈ ਜਾਂਦੇ ਨੇ ਨਾਲ ਤਲਵੰਡੀ ਸਾਬੋ ਦੇ ਹਾਂ ਹਾਂ ਬਾਈ ਤੇ ਆਹ ਕਿਹੜਾ ਟਰੈਕਟਰ ਖੜਾ ਬਾਈ ਯਾਰ ਹੈ ਕੈਬਨ ਵਾਲਾ ਹਾਂ ਕੈਬਨ ਵਾਲਾ ਇਹ ਕਿਹੜਾ MT ਮਜ਼ਬੂਤ ਆ ਯਾਰ ਜਗਾਡਮੈਂਟ ਪੂਰਾ ਨਿੱਗਰ ਆ ਤਾਂ ਇਹ ਤਾਂ ਹੋ ਯਾਰ 100 horsepower ਹਨ ਆਹ ਲੈਣ ਦੇ ਘੋੜਿਆਂ ਜਿੰਨੀ ਤਾਕਤ ਆ ਇਹਦੇ ਚ ਮੇਰੇ ਹਿਸਾਬ ਨਾਲ 100 ਘੋੜਿਆਂ ਦੀ ਤਾਕਤ ਹੋ ਸਕਦੀ ਤੇ ਬਾਕੀ ਬਈ ਇੱਧਰ ਵੀ ਦੇਖੋ ਤੁਸੀਂ ਜਾਨਵਰ ਸੰਧੂ ਸਟੱਡ ਫਾਰਮ ਵਾਲੇ ਵੀ ਰਹਿੰਦੇ ਆ ਗਏ ਸਰਪੰਚ ਯੋਧਾ ਘੋੜਾ ਹੈ ਯੋਧਾ ਹਾਂ ਯੋਧਾ ਹਾਂ ਕੱਦ 66 ਇੰਚ ਆ ਜੀ ਉਮਰ ਹਾਲੇ 43 ਮਹੀਨੇ ਆ ਅਤੇ ਇਹ ਵੀ ਚੰਗਾ ਘੋੜਾ ਜੀ ਬਾਕੀ ਇੱਧਰ ਪੰਜਾਬਾ ਸਟੱਡ ਫਾਰਮ ਵਾਲੇ ਆ ਗਏ ਜਾਨਵਰ ਆਈ ਜਾਂਦੇ ਦੋਸਤੋ ਅੱਧੇ ਪਛੱਧੇ ਵੀਰਾਂ ਨੇ ਲਿਆਉਂਦੇ ਅੱਧੇ ਪਛੱਧੇ ਵੀਰ ਲੈ ਆਉਣਗੇ ਅੱਜ ਸ਼ਾਮ ਤੱਕ ਤੇ ਬਾਕੀ ਦੂਜਾ ਵੀ ਜਿੰਨਾ ਲੱਲਕ ਪੱਲਕ ਵਾਲੇ ਵੀਰ ਹੁੰਦੇ ਆ ਹੋਰ ਜਾਨਵਰ ਵੀ ਬਹੁਤ ਆਏ ਆ ਖਾਣੇ ਦਾਣੇ ਵਾਲੇ ਹਾਂ ਹਾਂ ਬਈ ਉਹ ਵੀ ਸਾਰੇ ਪਹੁੰਚ ਗਏ ਰੱਸੇ ਰੁੱਸਿਆਂ ਵਾਲੇ ਤੇ ਇੱਧਰ ਤੁਹਾਨੂੰ ਆ ਜਾਓ ਦਿਖਾਉਣੇ ਆ ਦੋਸਤੋ ਅਸਲੀ ਮੂਰਤਾਂ ਤਾਂ ਇੱਧਰ ਨੇ ਤੋਤੇ ਤੂਤੇ ਤੇ ਹੋਰ ਜਿੰਨੇ ਆਪਣੇ ਹੁੰਦੇ ਚਿੜੀਆਂ ਕੁੱਤੇ ਕਤੂਰੇ ਉਹ ਇੱਧਰਲੀ ਸਾਈਡ ਆ ਬਈ ਆਹ ਲਾਈ ਬੈਠਿਆ ਮੁੰਡੇ ਕਬੂਤਰ ਵੀ ਆਏ ਲਵ ਬਾਰਡ ਹੈਂ ਪਿਆਰ ਕੇ ਪੰਛੀ ਦਿਖਾਉਣੇ ਆ ਜਾਓ ਤੁਹਾਨੂੰ ਦੋਸਤੋ ਤੇ ਜਿਹੜੀਆਂ ਹੁਣ ਆਪਣੀਆਂ ਕੈਟ ਬਿੱਲੀਆਂ ਚੱਲ ਰਹੀਆਂ ਉਹ ਵੀ ਪੰਛੀਆਂ ਬਿੱਲੀਆਂ ਪਰਸੀਆਂ ਬਿੱਲੀਆਂ ਜਿਹੜੀਆਂ ਹਨ ਆਹ ਦੇਖੋ ਦੋਸਤੋ ਆਹ ਚੀਜ਼ ਮੈਨੂੰ ਤਾਂ ਬੜੀ ਸੋਹਣੀ ਲੱਗਦੀ ਆ ਲਾੜ ਜਿਹਾ ਕਰਦੇ ਯਾਰ ਹਨਾ ਇਹ ਤਾਂ ਬਈ ਯਾਰ ਜਿਹੜੇ ਮੀਆਂ ਬੀਬੀ ਜ਼ਿਆਦਾ ਲੜਦੇ ਹੋਣ ਉਹ ਇਹਦਾ ਜੋੜਾ ਲੈ ਜੇ ਇੱਕ ਜੋੜਾ ਲੈ ਜੇ ਇਹਨਾਂ ਨੂੰ ਦੇਖ ਦੇਖ ਕੇ ਮਤਲਬ ਉਹਨਾਂ ਦੀ ਲੜਾਈ ਦੂਰ ਹੋ ਮਨ ਖੁਸ਼ ਹੁੰਦਾ ਰਹਿੰਦਾ ਬੱਚਿਆਂ ਵਾਸਤੇ ਵੀ ਬਹੁਤ ਇੱਕ ਆ ਵੀ ਜੋੜੇ ਚੰਗੇ ਆ ਬਈ ਜੇ ਜ਼ਿਆਦਾ ਲੜਾਈ ਜ਼ਿਆਦਾ ਹੱਦੋਂ ਬਾਹਰ ਫਿਰ ਇਹ ਲੈ ਜਾਓ ਹਨਾ ਫਿਰ ਇਹ ਲੈ ਇਹ ਲੈ ਜਾਓ ਤੇ ਆਹ ਇੱਧਰ ਡੈਸ਼ ਆਊਟ ਆ ਗਏ ਬਈ ਹਨਾ ਕਤੂਰੇ ਤੇ ਇੱਧਰ ਮੈਨੂੰ ਲੱਗਦਾ ਬਿੱਲੀਆਂ ਵੀ ਹੈ ਬਿੱਲੀਆਂ ਵੀ ਆਹੋ ਸੀ ਆਹ ਦੇਖੋ ਦੋਸਤੋ ਤੁਹਾਨੂੰ ਬਿੱਲੀਆਂ ਦਿਖਾ ਕੇ ਆਹ ਰੰਗ ਹੀ ਬੜਾ ਸੋਹਣਾ ਬਈ ਯਾਰ ਬਿੱਲੀਆਂ ਦਾ ਯਾਰ ਕਿਹੜੀਆਂ ਬਿੱਲੀਆਂ ਬਈ ਇਹ ਪਰਛੀਆਂ ਬਿੱਲੀਆਂ ਬਈ ਦੇਖੋ ਦੋਸਤੋ ਤੁਸੀਂ ਆਹ ਬਿੱਲੀਆਂ ਦਾ ਰੰਗ ਵੀ ਬਹੁਤ ਸੋਹਣਾ ਆਹ ਵੀ ਬਿੱਲੀਆਂ ਬਈ ਕੁੱਤੇ ਹੈ ਤਾਂ ਯਾਰ ਚੌਂ ਚੌਂ ਕੁੱਤੇ ਆਹ ਆਹ ਦੇਖੋ ਦੋਸਤੋ ਇੱਧਰ ਆ ਵੀ ਇਹ ਕਿਹੜੀ ਨਸਲ ਆ ਬਈ ਯਾਰ
ਸ਼ਿਟਜੂ ਸੁਰਜੂ ਆ ਵੀ ਤੇਜ਼ ਰਗੜੀ ਆ। ਤੇ ਆ ਜਾਓ ਦੋਸਤੋ ਹੁਣ ਇੱਧਰਲੇ ਪਾਸੇ ਚੱਲਦੇ ਹਾਂ ਆਪਾਂ, ਇੱਧਰ ਦੇਖਾਉਂਦੇ ਹਾਂ ਤੁਹਾਨੂੰ ਮਾਹੌਲ। ਆਪਾਂ ਵਿਚਾਲੜੀ ਲੈਣ ਤੋਂ ਇੱਧਰ ਨੂੰ ਚੀਜ਼ੀ ਲੈਣ 'ਚ ਆ ਗਏ ਹਨਾ, ਇੱਦੋਂ ਬਾਅਦ ਉੱਧਰ ਚੱਲਾਂਗੇ, ਉੱਧਰ ਚੱਲਾਂਗੇ ਆਪਾਂ, ਉੱਧਰ ਵੀ ਦਿਖਾਉਂਦੇ ਹਾਂ। ਹੋਰ ਬਾਈ ਓਕੇ, ਇੱਧਰ ਵੀ ਇੱਕ ਹੈਗਾ ਬਾਈ ਜਾਨਵਰ ਵਾਲਾ ਦੋਸਤੋ, ਅਤੇ ਇਸ ਲਾਈਨ 'ਚ ਵੀ ਦੇਖੋ ਤੁਸੀਂ ਜਾਨਵਰ ਕਿੰਨੇ ਖੜ੍ਹੇ ਆ, ਮਤਲਬ ਸੇਲ ਸੂਲ ਵਾਲੇ ਜਾਨਵਰ ਬਹੁਤ ਜ਼ਿਆਦਾ ਖੜ੍ਹੇ ਨੇ। ਅਤੇ ਇਸ ਵਹਿਮ 'ਚ ਨਾ ਰਹਿ ਜਾਓ ਦੋਸਤੋ ਵੀ ਮੇਲਾ ਹਾਲੇ ਕੱਲ੍ਹ ਨੂੰ ਭਰੂ, ਕੱਲ੍ਹ ਨੂੰ ਭਰੂ, ਅੱਜ ਸ਼ਾਮ ਤੱਕ ਕੱਲ੍ਹ ਨੂੰ ਤਾਂ ਦੋਸਤੋ ਆਪਣਾ ਰਿੰਗ ਆ ਗਈ, ਅਤੇ ਉੱਧਰ ਵੀ ਮਤਲਬ ਰਿੰਗ ਵਾਲਾ ਵੀ ਕੰਮ ਚੱਲੂਗਾ ਹੈ ਨਾ ਇਹ ਵੀ, ਅਤੇ ਮੇਲਾ ਪੂਰਾ ਮਤਲਬ ਭਰ ਚੁੱਕਿਆ ਹੈਗਾ। ਜਿਹੜੇ ਵੀਰਾਂ ਨੇ ਆਉਣਾ ਉਹ ਆ ਜਾਓ, ਅੱਜ ਸ਼ਾਮ ਨੂੰ ਆ ਜਾਓ, ਕੱਲ੍ਹ ਨੂੰ ਸਵੇਰੇ ਆ ਜਾਓ, ਅਤੇ ਵੀ ਮੇਲਾ ਪੂਰਾ ਮਤਲਬ ਰੰਗ 'ਤੇ ਹੋ ਗਿਆ ਹੈਂ। ਕਿਹਾ ਦੇਖੋ ਬਾਈ ਕਿੱਡੇ ਸੋਹਣੇ ਸੋਹਣੇ ਜਾਨਵਰ ਇੱਧਰ ਖੜ੍ਹੇ ਨੇ, ਅਤੇ ਉੱਧਰ ਦੀ ਸਾਈਡ ਵੀ ਖੜ੍ਹੇ ਨੇ, ਸਟੋਰੀਆਂ ਲੱਗ ਗਈਆਂ ਨੇ, ਬਸ ਅੱਜ ਸ਼ਾਮ ਤੱਕ ਪਹੁੰਚ ਜਾਣਗੇ ਮੈਨੂੰ ਲੱਗਦਾ ਸਾਰੇ ਵੀਰ ਆ ਜਾਣਗੇ, ਸਾਰੇ ਪਹੁੰਚ ਜਾਣਗੇ ਬਾਈ। ਅਤੇ ਬਾਕੀ ਦੋਸਤੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਮੇਲੇ ਦਾ ਮਾਹੌਲ, ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਨੂੰ ਸਾਰੇ ਮੇਲੇ ਦਾ ਮੋਇਨਾ ਦੇਈ ਜਾਂਦੇ ਹਾਂ ਹੈਂ। ਤੁਰ ਫਿਰ ਕੇ ਇੱਕ ਜਿਹੜੇ ਵੀਰ ਬਾਈ ਆਪਣਾ ਸ਼ਰਮਾ ਜੀ ਕਾਰਨ ਹੀ ਇਹ ਹੁੰਦਾ ਵੀਡੀਓ ਬਣਾਉਂਦਾ, ਤੁਰ ਫਿਰ ਕੇ ਵੀ ਘਰੇ ਬੈਠੇ ਭਰਾ ਜਿਹੜੇ ਨਹੀਂ ਆਏ ਉਹ ਦੇਖ ਸਕਦੇ। ਹੋਰ ਬਾਈ ਕੀ ਹਾਲ ਨੇ, ਕਹਿਮਾ ਭਰਾ, ਬਾਕੀ ਕੱਲ ਨੂੰ ਡਿਸਪਲੇ ਦੀ ਵੀਡੀਓ ਵੀ ਠੀਕ ਆਂਗੇ, ਕੱਲ ਨੂੰ ਬਾਈ ਡਿਸਪਲੇ ਵੀ, ਬਾਕੀ ਨਾਲ ਨਾਲ ਉਧਰ ਵੀ ਸਿਸਟਮ ਚੱਲ ਜੀ, ਉਹਦੀ ਡਿਸਪਲੇ ਦੀ ਵੀਡੀਓ ਜ਼ਰੂਰ ਦੇਖਿਓ ਬਈ ਸਾਰੇ, ਉਹਦੀ ਵੀਡੀਓ ਆਪਾਂ ਪਾ ਰਹੇ ਆ ਡਿਸਪਲੇ ਵਾਲੀ ਵੀ ਪਾਵਾਂਗੇ। ਤੇ ਆ ਵੀ ਬਾਈ ਹਰੇਕ ਮੇਲੇ ਤੇ ਹੁੰਦਾ, ਕੀ ਨਾਂ ਸੀ ਕਰਨੇ ਦਾ ਬਾਈ ਦਾ ਯਾਰ, ਹਾਂ ਟੋ ਸੁਣਨਾ ਪਤਾ ਨਹੀਂ ਟੋਨਾ, ਹਾਂ ਉਹੀ ਫੋੜ ਚਿੱਟਾ ਆ ਬਾਈ ਭਰ ਕੇ ਸੱਦ ਰਹੀ ਸੀ ਆ ਚੱਲੇ ਜੀ। ਚਲੋ ਬਾਈ ਚਲੋ ਬਣਾ ਲੈਣੇ ਲੋ ਕਰਨਾ ਕੀ ਹੈ ਬਾਈ, ਹਾਂ 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 ਭਰਾ ਯਾਰ ਕੀ ਹਾਲ ਆ ਬਾਈ, ਹੋਰ ਕਹਿਮਾ ਸੇ ਤਾਂ ਕਿਹੜਾ ਪਿੰਡ ਸੀ ਬਾਈ ਆਪਣਾ ਡੰਡੜ, ਕਿੰਨੇ ਦੋ ਲੈਂਦੇ ਜਾਨਵਰ ਬਾਈ, ਅੱਛਾ ਦੋ ਵੇਚਤੇ, ਅੱਛਾ ਵਧੀਆ ਹੋ ਗਏ ਬਾਈ ਸੌਦੇ। ਲਓ ਵੀ ਦੋਸਤੋ ਬਾਈ ਵਾਹ ਦੇਖ ਲਓ ਸਬੂਤ ਵੀ ਦਿਖਾ ਸਾਨੂੰ ਵੀ ਦੋ ਜਾਨਵਰ ਵਿਕ ਗਏ ਬਾਈ, ਕਹਿੰਦਾ ਦੋ ਹੀ ਰਹਿ ਗਏ, ਫਿਰ ਤਾਂ ਆ ਗਿਆ ਹੋਣਾ ਸਵਾ ਬਾਤ, ਮਤਲਬ ਮੇਲਾ ਸੰਪੂਰਨ ਹੋ ਗਿਆ ਹਨਾ, ਚੱਲ ਵਧਾਈਆਂ ਬਾਈ ਜੱਟਾ। ਤੇ ਆਹ ਵੀ ਵੇਚਣੇ ਆ ਫਿਰ ਹੈ, ਇਹ ਵੀ ਦੋਸਤੋ ਜੇ ਕਿਸੇ ਭਰਾ ਦਾ ਹੈਗਾ ਮਨ ਤਾਂ ਜਮਾ ਇੱਧਰਲੀ ਪਹਿਲੀ ਲੈਣ 'ਚ ਕਾਲਜ ਦੇ ਨਾਲ, ਤੇ ਆ ਕੇ ਬਾਈ ਕੋਲੋਂ ਪਾਲੋ ਪੜਾਕਾ, ਕੀ ਕੀ ਡਿਟ ਨੰਬਰ ਵੀ ਬੋਲਦੇ ਆ ਉਹਦਾ, 98 152 70006 70006 ਠੀਕ ਆ ਦੋਸਤੋ, ਆਹ ਯਾਦ ਕਰ ਲਓ ਨੰਬਰ ਸੌਖਾ ਜਿਹਾ, ਅਤੇ ਬਾਕੀ ਫੋਨ ਤੇ ਡਿਟੇਲ ਲੈ ਲਿਓ ਘਰੇ ਬੈਠੇ ਵੀਰ ਨਹੀਂ ਪਹੁੰਚੇ, ਨੰਬਰ ਘੰਟੀ ਮਾਰ ਲਓ ਡਿਟੇਲ ਰੂਲ ਪੁੱਛਣ ਵਾਸਤੇ ਦੋਸਤੋ, ਆਪਾਂ ਫਿਰ ਉਹਨੇ ਤੁਹਾਨੂੰ ਗਾਹਾਂ ਦਿਖਾਉਣੇ ਆ, ਟਾਈਮ ਥੋੜ੍ਹਾ ਜਿਹਾ ਘੱਟ ਆ, ਕਿਉਂਕਿ ਆਪਾਂ 20 ਮਿੰਟ ਦੀ ਵੀਡੀਓ 'ਚ ਸਾਰਾ ਕੁਛ ਪੂਰਾ ਕਰਨਾ ਹੁੰਦਾ ਹੈ ਨਾ, ਸਾਰਾ ਦਿਖਾਉਣਾ ਹੁੰਦਾ ਤੁਹਾਨੂੰ। ਅਤੇ ਇੱਕ ਦੋਸਤੋ ਮੇਰੀ ਵੀ ਥੋੜ੍ਹੀ ਜਿਹੀ ਮਤਲਬ ਗੜਬੜ ਹੋਈ ਪਈ ਆ, ਸਿਹਤ 'ਚ ਗੱਲ ਜਾ ਖਰਾਬ ਹੋਇਆ ਪਿਆ, ਅਤੇ ਉਹਦਾ ਕਰਕੇ ਥੋੜ੍ਹਾ ਜਿਹਾ ਕਰਕੇ ਘੱਟ ਜਾਂਦਾ, ਧੁੰਦ ਬਹੁਤ ਸੀ ਸਵੇਰੇ, ਬਹੁਤ ਧੁੰਦ ਸੀਗੀ, ਹਾਂ ਬਾਈ ਮੌਸਮ ਅੱਜ ਠੰਡ ਸੀ, ਕਦੇ ਕਦੇ ਭੁਮੱਖੜ ਕੱਢਣ ਲੱਗ ਜਾਂਦਾ ਬਈ ਯਾਰ ਗਰਮੀ ਵਾਲਾ, ਹੁਣ ਪੂਰੀ ਗਰਮੀ ਹੈ, ਸਵੇਰੇ ਥੋੜੀ ਜਿਹੀ ਠੰਡ ਸੀਗੀ ਹੁਣ ਪੂਰਾ ਵਧੀਆ ਹੈ, ਹਾਂ ਰੱਬ ਦਾ ਪਤਾ ਨਹੀਂ ਲੱਗਦਾ ਬਈ। ਸਿੱਧੂ ਸਟੱਡ ਫਾਰਮ, ਸਿੱਧੂ ਸਟੱਡ ਫਾਰਮ ਲਓ ਵੀ ਕਰੋ ਚੈੱਕ, ਕਿਹੜਾ ਖੁਰਨੀ ਖਰਨੀ ਬਣਾ ਕੇ ਧਰਨੇ ਦਾ ਪੂਰਾ ਬਈ, ਮੰਟੇ ਦੇ ਮੰਟੇ ਦੇ, ਆ ਜਾ ਆ ਜਾ, ਸਰੀਰ ਬਣਿਆ ਨਹੀਂ ਲੱਗਦਾ ਹਾਲੇ ਹਨਾ, ਹਾਲੇ ਬਣਿਆ ਨਹੀਂ, ਫਿਰ ਐਂ ਜੇ ਕਿਵੇਂ ਢਿੱਲਾ ਜਾ ਤੁਰਿਆ ਆਉਣਾ, ਅੱਛਾ ਸਿਆਣਾ ਨੂੰ ਤੂੰ ਯਾਰ ਭੁੱਲਿਆ ਕਿੱਥੇ ਜਾਂਦਾ ਮੰਟਾ ਯਾਰ, ਐਡੀ ਗੱਲ ਤਾਂ ਨਹੀਂ ਯਾਰ ਇਹ, ਫਿਰ ਘੋੜਾ ਜੀ ਨਹੀਂ ਹੈ ਤਾਂ ਘੋੜਾ ਕਿੱਦਣ ਲੈ ਕੇ ਆਇਆ, ਇਹ ਆਪਣਾ ਆੜੀ ਦਾ, ਅੱਛਾ ਧੰਨੇ ਦਾ,
ਉਦਾਂ ਵਾਲੇ ਦਾ ਧੰਨੇ ਨੇ ਇਹ ਕਿਹੜੀ ਲਾਈਨ ਦਾ ਸੀਗਾ? ਬਾਕੀ ਹੋਰ ਮੇਲਾ ਮੁਲਾ ਹੋਇਆ ਕੋਈ ਸੌਦਾ ਸੁਦਾ? ਚੱਲ ਦਾਰੂ ਗੱਲਾਂ ਕਹਿੰਦੇ ਗੱਲਾਂ ਵੀ ਮੇਲੇ ਚ ਵੱਧਣੀਆਂ, ਹੋਰ ਕਿੱਥੇ ਵੱਧਣੀਆਂ ਬਈ? ਹੈ ਚੱਲੀ ਜਾਂਦਾ ਫਿਰ ਵਧੀਆ ਸਿਸਟਮ ਬਾਬਾ ਇਕੱਠੀ ਆ, ਕੋਈ ਗੱਲ ਨੀ ਬਣਾ ਦਿੰਦੇ ਆ। ਤੇ ਇੱਥੇ ਆਪਣੇ ਮਤਲਬ ਕੇ ਚੱਲ ਇਹ ਖੜੇ, ਨੌਕਰੀਆਂ ਕਿੰਨੀਆਂ ਨੇ? ਨੌਕਰੀਆਂ ਚਾਰ ਚਾਰ ਠੀਕ ਹੈ, ਨੌਕਰੀਆਂ ਚਾਰ। ਤੇ ਦੋਸਤੋ ਹੋਈ ਕੋਈ ਸੇਲ ਬਈ? ਹਾਲੇ ਤਾਂ ਹੋਇਆ ਨੀ ਕਹਿੰਦਾ ਬਾਈ ਕਹਿੰਦਾ। ਤੇ ਦੋਸਤੋ ਜੇ ਕੋਈ ਭਰਾ ਮਤਲਬ ਜਾਣ ਪਰ ਲੈਣਾ ਚਾਹੁੰਦਾ, ਪਹਿਲੀ ਲਾਈਨ ਦੇ ਐਂਡ ਤੇ ਬਾਈ ਮੰਟੇ ਦਾ ਹੈਗਾ ਸਟੋਰੀ ਲੱਗੀ ਹੋਈ ਆ, ਆ ਕੇ ਜਾਨਵਰ ਦੇਖ ਲਓ ਤੁਸੀਂ। ਆਹ ਜਾਨਵਰ ਸਾਰੇ ਸੇਲ ਵਾਸਤੇ ਨੇ ਆਹ ਲੈਣ ਵਾਲੇ। ਤੇ ਜੇ ਇਹਨਾਂ ਚੋਂ ਕਿਸੇ ਦਾ ਵੀ ਤੁਹਾਡਾ ਮਾਣ ਆ ਕੋਈ ਦੇਖਣਾ ਤੁਸੀਂ ਜਾਨਵਰ, ਤਾਂ ਮੰਟੇ ਨੰਬਰ ਦੱਸ ਦਿਓ ਬਾਈ ਮਾੜਾ ਜਿਹਾ ਆਪਦਾ। 8306030504 8306030504 ਨੰਬਰ ਲਾ ਕੇ ਤੁਸੀਂ ਦੋਸਤੋ ਆ ਕੇ ਇੱਥੇ ਜਾਨਵਰ ਦੇਖ ਸਕਦੇ ਹੋ। ਬਾਕੀ ਮੰਟੇ ਕੱਢ ਲਗੇ ਬਾਈ, ਕਿਹੜਾ ਮਿਲਦੇ ਆ ਫਿਰ ਸਪੈਸ਼ਲ ਸਪੈਸ਼ਲ ਬਣਾ ਦਿਆਂਗੇ ਮੰਟੇ ਕੋਈ ਨੀ। ਬਾਕੀ ਦੋਸਤੋ ਇਹਨਾਂ ਚੋਂ ਵੀ ਦੇਖ ਲਓ ਤੁਸੀਂ ਜਾਨਵਰ, ਸਾਰੇ ਸੋਹਣੇ ਨੇ ਚੰਗੇ ਨੇ ਹਨਾ। ਜੇ ਕੋਈ ਬਣਦਾ ਮਨ ਤਾਂ ਕਿਸੇ ਭਰਾ ਦਾ ਲੈ ਲਿਓ ਬਾਈ ਨੂੰ, ਘੰਟੀ ਮਾਰਵਾੜੀ ਤਾਂ ਚੰਬੀਆਂ ਹੀ ਨੇ ਦੋ। ਤੇ ਬਾਕੀ ਬਾਈ ਆਏ ਆ, ਮੇਲਾ ਬਹੁਤ ਸੋਹਣਾ ਭਰ ਗਿਆ ਜੀ। ਤੇ ਆਓ ਜਿੰਨੇ ਵੀ ਵੀਰ ਜਿਹੜੇ ਊਂ ਦੇਖਣ ਵਾਲੇ ਆ ਉਹ ਵੀ ਆਇਓ। ਬਾਕੀ ਹੱਥ ਨੇ ਜੇ ਤਾਂ ਬਾਈ ਬਹੁਤ ਵੀਰ ਆਪਣੀਆਂ ਫੈਮਿਲੀਆਂ ਵੀ ਲੈ ਕੇ ਆਉਂਦੇ ਨੇ ਮੇਲਾ ਦੇਖਣ ਵਾਸਤੇ ਹਨਾ। ਮਾਨਸਾ ਬਠਿੰਡਾ ਜੱਸੀ ਕੋਟਸ ਵੀ ਇਹਦੇ ਨਾਲ ਸਾਰੇ ਲੱਗਦੇ ਪਿੰਡ, ਸਾਰੇ ਪਿੰਡ ਲੱਗਦੇ ਆ। ਤੇ ਇਹ ਦੋਸਤੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗਿਆ ਤੁਹਾਨੂੰ ਮੇਲੇ ਦਾ ਸਾਰਾ ਵਿਊ ਜਿਹੜਾ ਹਨਾ ਮੇਲੇ ਦਾ। ਆਪਦੀ ਰਾਏ ਜ਼ਰੂਰ ਰੱਖਿਓ, ਬਾਕੀ ਅੱਗੇ ਸ਼ੇਅਰ ਕਰ ਦਿਓ। ਜਿਹੜੇ ਵੀਰ ਮੇਲੇ 'ਚ ਨਹੀਂ ਆ ਸਕੇ ਉਹ ਆਪਣਾ ਆ ਕੇ ਮੇਲਾ ਜਿਹੜਾ ਆਹ ਵੀਡੀਓ 'ਚ ਦੇਖ ਸਕਣ। ਅਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।